ਦੇ ਦੁਸ਼ਮਨਾਂ ਤੇ ਲਾਨਤ, ਪਾਕ ਮਖਦੂਮਾਂ ਦੇ ਦੁਸ਼ਮਨ ਤੇ ਲਾਨਤ। ਮਿਲ ਕੇ ਬੁਲੰਦ ਆਵਾਜ਼ ਨਾਲ ਸੋਹਣੀ ਸਲਵਾਤ ਤਿਲਾਵਤ ਫਰਮਾ। ਇੱਥੋਂ 4-17 ਤੋਂ ਨੌਕਰੀ ਪਾਕ ਦਾ ਆਗਾਜ਼ ਸ਼ੁਰੂ ਕਰ ਲੈਂਦੇ ਹਾਂ। ਇਬਤਦਾ ਮਜਲਿਸ ਬਾਨੀਆਂ ਨੇ ਮਜਲਿਸ ਸਾਡੇ ਮੋਹਤਰਮ ਬਈ ਮਾਰ ਮੁਮਤਾਜ਼ ਹੁਸੈਨ ਮਲਾ ਸਾਹਿਬ ਦੀ ਇਹ ਕੋਸ਼ਿਸ਼ ਮਿਹਨਤ ਕਾਵਿਸ਼ ਮੌਲਾ ਬਾਰਵਾਂ ਸਰਕਾਰ ਆਪਣੀ ਜ਼ੇਰ ਨਗਰਾਨੀ ਚ ਲਿਆ। ਅਰਜ਼ ਕੀਤਾ ਹੈ ਮਜ਼ਲੂਮੀਅਤ ਸੇ ਜ਼ੁਲਮ ਕੋ ਮਿਟਾਤਾ ਗਿਆ ਹੁਸੈਨ, ਆਓ ਬਿਸਮਿਲ੍ਲਾ ਬਈ ਨੋਸ਼ੇ। ਮਜ਼ਲੂਮੀਅਤ ਸੇ ਜ਼ੁਲਮ ਕੋ ਮਿਟਾਤਾ ਗਿਆ ਹੁਸੈਨ, ਔਰ ਕਾਤਲੋਂ ਕੇ ਹੋਸ਼ ਉਡਾਤਾ ਗਿਆ ਹੁਸੈਨ। ਮਾਈ ਡੱਲੀ ਆਲਿਆ ਜਿਹੜੀ ਸ਼ਾਇਦ ਉੱਤੇ ਉਹ ਬੁਲੰਦ, ਜਿਹੜੀ ਸ਼ਾਇਦ ਥੱਲੇ ਉਹ ਪਸਤ। ਬਾਈ ਨੋ ਸ਼ੇਰ ਮੈਂ ਦੱਸਣਾ ਚਾਹੁੰਦਾ ਬੁਲੰਦ ਕੀ ਹੈ ਅਤੇ ਪਸਤ ਕੀ। ਅਰਜ਼ ਕੀਤਾ ਹੈ ਮਜ਼ਲੂਮੀਅਤ ਸੇ ਜ਼ੁਲਮ ਕੋ ਮਿਟਾਤਾ ਗਿਆ ਹੁਸੈਨ, ਔਰ ਕਾਤਲੋਂ ਕੇ ਹੋਸ਼ ਉਡਾਤਾ ਗਿਆ ਹੁਸੈਨ। ਹੋ ਕੇ ਬੁਲੰਦ ਸ਼ਿਮਰ ਕੇ ਨੇਜ਼ੇ ਕੀ ਨੋਕ ਪੇ ਹੈ ਪਸਤ ਕੌਣ, ਸਭ ਕੋ ਦਿਖਾਤਾ ਗਿਆ ਹੁਸੈਨ। ਮਿਲ ਕੇ ਨਾਰਾ ਹੈਦਰੀ। ਇਸ ਜ਼ਿਮਨ ਦੇ ਵਿੱਚ ਇੱਕ ਹੋਰ ਲਫ਼ਜ਼ ਪੂਰੀ ਤਵੱਜੋ ਨਿਆਜ਼ ਹੁਸੈਨ। ਇਬਤਦਾ ਮਜਲਿਸ ਇਹ ਦੁਆ ਦਾ ਟਾਈਮ, ਅਰਜ਼ ਕੀਤਾ ਤੁਝੇ ਕਬੂਲ ਹੈ ਗਰ ਕਰ ਬਲਾ ਕੀ ਖਾ ਕੇ ਸ਼ਫਾ, ਤੋ ਤੇਰੇ ਦਿਲ ਮੇ ਮਵੱਦਤ ਕਾ ਚੈਨ ਬਸਤਾ ਹੈ। ਤੁਝੇ ਕਬੂਲ ਹੈ ਗਰ ਕਰ ਬਲਾ ਕੀ ਖਾ ਕੇ ਸ਼ਫਾ, ਤੋ ਤੇਰੇ ਦਿਲ ਮੇ ਮਵੱਦਤ ਕਾ ਚੈਨ ਬਸਤਾ ਹੈ, ਔਰ ਤੁਝੇ ਤਮੀਜ਼ ਹੈ ਰਿਸ਼ਤੋਂ ਕੀ ਗਰ ਜ਼ਮਾਨੇ ਮੇ, ਤੋ ਫਿਰ ਸਮਝ ਤੇਰੇ ਦਿਲ ਮੇ ਹੁਸੈਨ ਬਸਤਾ ਹੈ। ਮਿਲ ਕੇ ਨਾਰਾ ਹੈਦਰੀ। ਮਦੀਨੇ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਪੂਰੀ ਤਵੱਜੋ ਨਿਆਜ਼ ਹੁਸੈਨ, ਪਾਕ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ, ਪਾਕ ਪੈਗੰਬਰ ਦੇ ਸ਼ਾਂਦਿਆਂ ਤੇ ਮੋਢਿਆਂ ਤੇ ਜਨਾਬ ਹਸਨੈਨ ਸ਼ਰੀਫ ਅਸਵਾਰ, ਪਾਕ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ। ਕੁਰਾਨ ਵੀ ਦੱਸਦਾ ਹੈ ਕਿ ਸਰਕਾਰ ਦੀਆਂ ਜ਼ੁਲਫਾਂ ਬੜੀਆਂ ਲੰਬੀਆਂ ਹਨ ਅਤੇ ਉਹ ਸਿਵਨ ਵਿੱਚੋਂ ਫੇਰਦੇ ਹਨ, ਮਾਂਗ ਉਹ ਵਿੱਚੋਂ ਫੇਰਦੇ ਹਨ, ਕਿਉਂ ਫੇਰਦੇ ਹਨ? ਜਨਾਬ ਹਸਨ ਮੁਜਤਬਾ ਅਲੈ ਸਲਾਤ ਵਸਲਾਮ ਸਜਦੇ ਮੁੰਡੇ 'ਤੇ ਬੰਨਦੇ ਹਾਂ, ਉਹ ਇਦਲੀਆਂ ਜ਼ੁਲਫਾਂ ਇਦੂ ਪਕੜ ਲੈਂਦੇ ਹਨ, ਜਨਾਬ ਹਜ਼ਰਤ ਸਖੀ ਇਮਾਮ ਹੁਸੈਨ ਬਾਦਸ਼ਾਹ ਉਹ ਬਾਏ ਪਾਸੇ ਬੰਨਦੇ ਹਨ, ਉਹ ਇਦਲੀਆਂ ਜ਼ੁਲਫਾਂ ਇਹੀ ਪਕੜ ਲੈਂਦੇ। ਮਦੀਨੇ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਮੇਰੇ ਪਾਕ ਪੈਗੰਬਰ ਆ ਰਹਿਣ, ਅਸਵਾਰ ਹਨ, ਹਸਨੈਨ ਸ਼ਰੀਫ ਹੈ। ਲੋਕਾਂ ਦਾ ਇਜਤਮਾ ਹੋਇਆ, ਇਕੱਠ ਹੋਇਆ, ਹਜੂਮ ਹੋਇਆ, ਅੱਗੋਂ ਇੱਕ ਬਜ਼ੁਰਗ ਤਸ਼ਰੀਫ ਫਰਮਾ ਰਿਹਾ। ਜਿਸ ਵੇਲੇ ਉਹਨਾਂ ਵੇਖਿਆ ਨਾ ਬਈ ਇਹ ਲੋਕ ਆਣ, ਇਜਤਮਾ ਆਈ, ਇਕੱਠੇ ਇਕੱਠੇ, ਤੋ ਲੋਕਾਂ ਦੇ ਮੁਖਾਤੇ ਬੋ ਕੇ ਆਉਂਦਾ ਹੈ, ਬਜ਼ੁਰਗ ਲੋਕ ਆਓ, ਐਨਾ ਐਨਾ ਵੇਖੋ ਵੇਖੋ, ਨੇਮਲ ਮਰਕਬ ਆਓ, ਬਿਸਮਿਲ੍ਲਾ, ਲੋਕ ਆਓ, ਐਨਾ ਐਨਾ ਵੇਖੋ ਵੇਖੋ, ਨੇਮਲ ਮਰਕਬ ਹੋ। ਬਈ ਇਹ ਅਸਵਾਰੀ ਕਿਤਨੀ ਸੋਹਣੀ ਹੈ। ਇਹ ਗੱਲ ਸੁਣ ਕੇ ਨਾ ਪਾਕ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਨੇ ਕਦਮ ਮੁਬਾਰਕ ਰੋਕੇ ਤੇ ਪਾਕ ਪੈਗੰਬਰ ਫਰਮਾਉਂਦੇ ਨੇ, ਬਜ਼ੁਰਗਾ ਤੂੰ ਠੀਕ ਪਿਆਨਾ ਹੈ, ਮਗਰ ਹੁਣ ਇੰਝ ਨਾ ਆ। ਤੂੰ ਆਖਿਆ ਨਾ ਲੋਗਾਓ ਐਨਾ ਐਨਾ ਵੇਖੋ ਵੇਖੋ, ਨੇਮਲ ਮਾਰਕਾ ਬੋ, ਤੂੰ ਆਖ ਲੋਗਾਓ ਐਨਾ ਐਨਾ ਵੇਖੋ ਵੇਖੋ, ਨੇਮਲ ਰਾਕੇ ਬੋ, ਜਿਹੜੇ ਮੇਰੇ ਉੱਤੇ ਹੈਦਰੀ, ਐਨਾ ਐਨਾ ਵੇਖੋ ਵੇਖੋ, ਨੇਮਲ ਰਾਕੇ ਬੋ, ਜਿਹੜੇ ਮੇਰੇ ਉੱਤੇ ਅਸਵਾਰ ਹਨ, ਇਹ ਕਿਤਨੇ ਸੋਹਣੇ, ਬਿਸਮਿਲ੍ਲਾ। ਤਾਂ ਪਾਕ ਪੈਗੰਬਰ ਸਜਦੇ ਵਿੱਚ ਆ,
जनाब सखी हजरत इमाम हुसैन बादशाह ए असवार असवार किथे आ पुछते नबी ते जिथे कलमा लिखे है। तारीखा पढ़ के वेख लै किस किताब नहीं लिखिया या पाक पैगंबर सजदे तो सर चाया होवे ते या बादशाह हुसैन अलै सलात वसलाम नू आख्यो भी मेरे पेश तू लाया ते या मगरो काई होर नमाज पढ़ी होवे मेरी होई नहीं। इमाम हुसैन बादशाह ओ हस्ती ने ए ऐसा गोहर है भाई निवाज जिंदा बदल ही कोई नहीं ऐसा नगीना है जिंदी कीमत ही कोई। मैं तो जिथे जिथे गया ना बड़ा बड़ा मैं सफर करके एक मैं तहसील बुआने का तुहाडा जा बिरा अदना जा फकीर जा जाकिर हाँ तो मैं जिथे जिथे बाहर दूर भी बड़ा गया मैं बड़ा पूरे पंजाब लेवल ते मैं जलसा पढ़दा जिन्ना पांच बारह चौदह नू इत्थों मनिया है ना वो चाहे चिट्टा है काला है जिस मसलक नाल तल्लक रखता है जिन्ना साइया नू मनिया है ना वो मैनू इंज नजर आए जिवें चौदवी का चंद ते जिन्ना नहीं मनिया तुहाडी अखी दे सामने गल है वह तख्त तख्त नहीं रहे वह हर शाय बर्बादी का मंजर है जिन्ना नहीं साइया ने मने ते जिथे पाकां दे असाबियां दा कतरा खून दा भी डटा है ना अल्लाह पाक उत्थे भी जरी बनवाई है। जिथे मेरे मौला इमाम हुसैन बादशाह अलैहि सलातो वसलाम दा करबला दी जमीन ते कतरा खून दा भी डटा है ना उत्थे भी जियारत बनी खली मिलके एक सोहनी सलवात तिलावत इत भाई निवाज एक शहर ने कलाम लिखा शहर लिखता है एजाज ए मुस्तफा में शरीयत खड़ी रही दरवाजा ए बतूल पे रहमत खड़ी रही पूछते नबी पे सजदा में आकर चढ़े हुसैन बैठे रहे हुसैन इबादत खड़ी रही मिल के नाराए हैदरी बाणिया ने मजलिस की कोशिश में ना तुहाडे मोमिन ज्यादा रंदा टोराया मैं हकीर फकीर दा पढ़िया तबीयत मिला के सुन सो चंद मिनट दी नौकरी मिलके एक सोहनी सलवात सलवात
अल हुसैनो मिनी नाराए हैदरी अर्ज किते मैदा सुरीली जी एक रुबाई पढ़ी है चाहता के मजले से इख्तिताम जन्नत बन जाए भाई नो शेर तेरी जिंदगी होवे सुर कलाम जड़ी है बट्टी फकीर नुसाइया ता की है मैं किसे दी कापी नहीं पढ़ी जेड़ा खत कलाम है साइया मैंने ता की इलम भी साइया दिता है ते सुर कलाम भी दिती मैदान हो दे नाल ना रहना भाई नवाज मैदान में जो आ जाए तो डलता नहीं तो डलता नहीं ये है ऐसा सूरज जो ढलता नहीं कौन कहता है कि सैयद सरदार नहीं सैयद का मतलब कभी बदलता नहीं कभी बदलता नहीं खरीदारों से कह दो के कीमत ना लगाए खूने अली बहता है खूने अली 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 खूने अली बहता है बिकता नहीं नाराए हैदरी चार चीजें लेके टूर नमाज अली वलीउल्लाह नाराए हैदरी हुरमत सादात आजादारी मजलूम करबला इन चौं चीजें चू कोई इधर उधर हो जाए तो मौत कबूल सदात नू मेरे यादो माथन अल सलाम जेड़ा गैर सैयद सैयद का एहतराम नहीं ना करता वो मेरे जेन दे मुताबिक फिका जाफरिया मजहब ही छोड़ता मिलके सलवात तिलावत फरमा एक नारा भी होवे पीर अमीर कोई वजात नहीं कोई तौजीह नहीं कोई तफसील नहीं कोई तशरीह नहीं मेरा वतन है मेरा घर है जे बट्टी इत्थे भी पांच मिनट ना पढ़े तो मैनू चनियो डालें कोई पढ़न देना जी मेरा घर है मेरा वतन है मैं बानी दी असीयत ना लेती हाँ तेरी जिंदगी होवे भला हो वसदा रहो भाई मास्टर अंसर साहब ते भाई वसीम साहब दिए पुरखलूस कोशिश मेहनत मेरा बारवा सरकार अपनी बारगाह कबूल ते मंजूर फरमावे मौला अमीर अलैहिस्सलातो वस्सलाम दी शान दे विच ना भाई निवाज मैं चंद सत्रह नजम दियां सुनावा मिल के सलवात सोहनी पढ़ो उच्ची आवाज नाल चाचा जी
ਵਿਲਾਏ ਅਲੀ ਜਿਸ ਦਿਲ ਦੇ ਵਿੱਚ ਮੋਮਿਨ ਅਜ਼ਾਦਾਰ ਹੈ ਜੋ ਵੀ ਕਿਸੇ ਮਸਲਕ ਨਾਲ ਤਲਕ ਰੱਖਦਾ ਜਿਹਦੇ ਦਿਲ ਦੇ ਵਿੱਚ ਪੰਜ ਬਾਰਾਂ ਚੌਦਾਂ ਦੀ ਮੁਹੱਬਤ ਮਵੱਦਤ ਨਹੀਂ ਨਾ ਚਾਚਾ ਜੀ ਉਹਦੀਆਂ ਨਮਾਜ਼ਾਂ ਕਿਸੇ ਖਾਤੇ ਦੀਆਂ ਵਿਲਾਏ ਅਲੀ ਕਿ ਜੋ ਦਿਲ ਬਸੀ ਨਹੀਂ ਹੋਗੀ ਕੀ ਆਖਿਆ ਵਿਲਾਏ ਅਲੀ ਕੀ ਜੋ ਦਿਲ ਮੈਂ ਬਸੀ ਨਹੀਂ ਹੋਗੀ ਅਗਲਾ ਲਫ਼ਜ਼ ਬੜਾ ਕੀਮਤੀ ਹੈ ਬੜੇ ਪੜ੍ਹੇ ਲਿਖੇ ਚਿਹਰੇ ਮੇਰੇ ਸਾਹਮਣੇ ਤਸ਼ਰੀਫ ਫਰਮਾਇਆ ਮੌਲਾ ਪਾਕ ਇਮਾਮ ਹੁਸੈਨ ਅਲੈਹਿ ਸਲਾਤੁ ਵਸਲਾਮ ਦੀ ਮਜਲਿਸ ਦੇ ਵਿੱਚ ਆਉਂਦਾ ਹੀ ਉਹ ਹੈ ਜਿਹੜਾ ਸਾਈਆਂ ਦਾ ਮਨਜ਼ੂਰ ਹੈ ਨਜ਼ਰ ਵਿਲਾਏ ਅਲੀ ਕਿ ਜੋ ਦਿਲ ਮੈਂ ਬਸੇ ਨਹੀਂ ਹੋਗੇ ਨਮਾਜ਼ ਪੜ੍ਹ ਕੇ ਵੀ ਤੁਝਕੋ ਖੁਸ਼ੀ ਜਿੱਥੇ ਜਿੱਥੇ ਮੋਮਿਨ ਅਜ਼ਾਦਾਰ ਤਸ਼ਰੀਫ ਫਰਮਾਓ ਸ਼ੇਰ ਸੁਣਾਉਣ ਲੱਗਾ ਕਾਇਨਾਤ ਦੀ ਕੀਮਤ ਦਾ ਸ਼ੇਰ ਪੂਰੀ ਤਵੱਜੋ ਨਿਆਜ਼ ਹੁਸੈਨ ਅਗਰ ਹੁਸੈਨ ਅਗਰ ਹੁਸੈਨ ਨਾ ਹੋ ਦਰਮਿਆਂ ਖੁਦਾ ਕੀ ਕਸਮ ਪੂਰੀ ਤਵੱਜੋ ਨਿਆਜ਼ ਹੁਸੈਨ ਇੱਕ ਸਲਵਾਤ ਤਿਲਾਵਤ ਫਰਮਾਓ ਸਾਡੇ ਪਿਆਰੇ ਸ਼ਹਿਰ ਆਲ ਮੁਹੰਮਦ ਜਨਾਬ ਸਾਕਿਬ ਜਾਫਰੀ ਸਾਹਿਬ ਤਸ਼ਰੀਫ ਫਰਮਾਨ ਬਿਸਮਿਲ੍ਲਾ ਸਲਵਾਤ ਇੱਕ ਸਾਡੇ ਅਗਰ ਹੁਸੈਨ ਨਾ ਹੋ ਦਰ ਮੈਂ ਖੁਦਾ ਕੀ ਕਸਮ ਵਜੂਦ ਗਮ ਗਰ ਜ਼ਿੰਦਗੀ ਨਹੀਂ ਹੋਗੀ ਹਾਂ ਵਿਲਾਏ ਅਲੀ ਕਿ ਜੋ ਦਿਲ ਮੇਂ ਬਸੀ ਨਹੀਂ ਹੋਗੀ ਭਾਈਜਾਨ ਆਖਰੀ ਇਸ ਨਜ਼ਮ ਦਾ ਸ਼ੇਰ ਤੇ ਤਬਰਕਨ ਮਸਹਿਬ ਭਾਈਜਾਨ ਮਾਫੀ ਜਿਸੇ ਅਲੀ ਕੇ ਫਜ਼ਾਇਲ ਪੂਰੀ ਤਵੱਜੋ ਨਿਆਜ਼ ਹੁਸੈਨ ਮੈਂ ਛੋੜ ਗਿਆ ਜਿਸੇ ਅਲੀ ਕੇ ਫਜ਼ਾਇਲ ਓ ਜਿਸੇ ਅਲੀ 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 ਕੇ ਫਜ਼ਾਇਲ ਜਿਸੇ ਅਲੀ ਕੇ ਫਜ਼ਾਇਲ ਸਮਝ ਨਹੀਂ ਫਿਰ ਗਿਜ਼ਾ ਲਾਲ ਕੀ ਉਸ ਕੋ ਮਿਲੀ ਨਹੀਂ ਹੋਗੀ ਮਿਲ ਕੇ ਨਾਰਾਏ ਹੈਦਰੀ ਬਸ ਜੀ ਇਸ ਖਿਆਲ ਤੇ ਆਇਓ ਜੋ ਸੱਯਦ ਵਸਦੇ ਆ ਤੇ ਬੇਮੌਸਮੀ ਲੁੱਟ ਪਈ ਬੇਮੌਸਮੀ ਲੁੱਟ ਪਈ ਹੈ ਨਾ ਸਰਦਾਰ ਕੇਵਲਾ ਕਈ ਲੋਕ ਉੱਜੜ ਕੇ ਵਸ ਪਾਉਂਦੇ ਸੱਯਦ ਐਸੇ ਉਜੜਨ ਕੇ ਬਾਰਵੇਂ ਦੇ ਆਵਣ ਤੱਕ ਵਸ ਨੇ ਆਓ ਭਾਈ
ਵਸਦੇ ਮੇਰੇ ਨਾਲ ਕਰਬਲਾ ਛੋੜ ਗਿਆ ਫਜ਼ੈਲ ਮਸਾਬ ਤੋਂ ਵੱਡੀ ਇਬਾਦਤ ਮੈਂ ਕੋਈ ਵੀ ਨਹੀਂ ਕੋਈ ਸਮਝਦਾ ਇਸੇ ਇਬਾਦਤ ਵਾਸਤੇ ਮੋਮਨਾਂ ਦੀ ਜਿੱਦ ਜਾਣ ਵੀ ਕੁਰਬਾਨ ਬਈ ਜਾਣ ਕੈਫੀਅਤ ਬਣਾ ਕੈਫੀਅਤ ਨਾ ਮਸਾਬ ਜ਼ਾਕਰ ਦਾ ਕੋਈ ਕਮਾਲ ਏ ਕੈਫੀਅਤ ਬਣਾ ਤੇਰੇ ਜਿਗਰ ਚੋਂ ਹਾਇ ਨਿਕਲੇ ਅਦਬ ਅੰਬੇ ਕਫਨ ਬਿਰਾ ਜ਼ਿੰਦਗੀ ਹੋਵੇ ਇਬਤਦਾਏ ਮਜਲਿਸ ਕੀ ਆਖਿਆ ਬੇਕਫਨ ਬਿਰਾ ਤੇਰੀ ਨਗਰੀ ਕੋ ਅਰਜ਼ ਪਿਆ ਕਰਦਾ ਬੇਕਫਨ ਬਿਰਾ ਤੇਰੀ ਨਗਰੇ ਕੋ ਤੇ ਵਾਹ ਖਾਲਕ ਨੇ ਰੰਗ ਲਾਏ ਨੀ ਉੱਠੀ ਮਿਲ ਗਏ ਨਿਸ਼ਾਨ ਦੀ ਕੈ ਦਿਨ ਕੋ ਹਾਏ ਮੇਰੇ ਰੱਬ ਜ਼ੰਜੀਰ ਲਹਾਏ ਉੱਠ ਮਿਲ ਗਏ ਨਿਸ਼ਾਨ ਦੀ ਹਾਇਓ ਕੈ ਦਿਨ ਕੋ ਹਾਏ ਮੇਰੇ ਰੱਬ ਜ਼ੰਜੀਰ ਲਹਾਏ ਉਹ ਬਿਆ ਗੱਲ ਚੁੰਮਵਾ ਮੇਰਾ ਚੰਨ ਵੇਰਲ ਤੇ ਜਿੱਥੇ ਸ਼ਿਮਰ ਪੈ ਖੰਜਰ ਚਲਾਏ ਨੀ ਬੇਕਫਨ ਮਤੈ ਕੂ ਛੋੜ ਗਈਆਂ ਹਾਏ ਦਸ ਕੈ ਪੈ ਕਫਨ ਪਵਾਏ ਅਲਾ ਲਾਣਾ ਤੁਲਾਏ ਕੌਮ ਜ਼ਾਲਮੀ।